ਹਾਂਜੀ ਤਿਆਰ ਫਿਰ ਅੱਜ ਫਿਰ ਜਿੰਨਾ ਘਰ ਦੀ ਸਫਾਈ ਜਿੰਨਾ ਸ਼ੁਰੂ ਕੀਤੀ ਹੋਈ ਅੰਮੀ ਜੀ ਹੋਰਾਂ ਨੇ। ਹਾਂਜੀ ਅਤੇ ਪਾਣੀ ਛੱਡ ਰਹੀ ਪਿਛਲੇ ਕਮਰਿਆਂ ਸਾਰਿਆਂ ਦੀ ਹੋ ਗਈ ਨਾ। ਚਲੋ ਠੀਕ ਹੋ ਗਿਆ। ਜਿਸ ਤਰ੍ਹਾਂ ਦਾ ਦਿਖਾਇਆ ਸਾਰਾ ਫਰਸ਼ ਵਗੈਰਾ ਧੋਤਾ ਹੈਗਾ ਸੌਣ ਸਮੇਂ ਨੂੰ, ਕਾਫੀ ਟਾਈਮ ਹੋ ਗਿਆ ਉਸ ਵਕਤ, ਦੁਪਹਿਰ ਦਾ ਟਾਈਮ ਆ, ਮਸਾ ਮਸਾ ਧੋ ਕੇ ਜਿਹੜਾ ਵਿਹਲੇ ਹੋਏ ਹਾਂ ਜੀ, ਬੰਦਾ ਜਿਵੇਂ ਥੱਕ ਜਾਂਦਾ, ਲੇਕਿਨ ਵੀਡੀਓ ਵਗੈਰਾ ਵੀ ਜਿਹੜਾ ਸਾਫ਼ ਕੀਤੀਆਂ ਧੋਤੀਆਂ ਨੇ, ਕਾਫੀ ਸਾਰਾ ਗੱਟਾ ਗੁੱਟਾ ਜਿਹੜਾ ਸ਼ੁਕਾਰਾ ਲੈ ਗਿਆ, ਪੌੜੀਆਂ ਵਗੈਰਾ ਜਿਹੜਾ ਸਾਫ਼ ਸੁਥਰੀਆਂ ਹੋ ਗਏ, ਉੱਤੋਂ ਜਿਹੜਾ ਸਾਫ਼ ਸੁਥਰਾ ਸੁਬਹਾ ਟਾਈਮ ਤੁਹਾਨੂੰ ਜਿਸ ਤਰ੍ਹਾਂ ਦਿਖਾਇਆ ਗਿਆ ਸੀ, ਕਾਫੀ ਸਾਰਾ ਪਿਆਰਾ ਹੋ ਗਿਆ, ਅਤੇ ਇਨਸ਼ਾਅੱਲਾ ਅੱਲਾ ਪਾਕ ਖੈਰ ਸੌਖ ਰੱਖਿਆ ਨਾ, ਅਤੇ ਸੁਬਹਾ ਜਿਹੜਾ ਬਿਸਤਰੇ ਜਿਹੜਾ ਉਹ ਵਾਲੇ ਪਰਾਵਣ ਜਾਵਣ, ਕਿਉਂਕਿ ਬਿੱਲੋ ਦੀ ਅੰਮੀ ਕੋਲ ਪੁੱਛਣਾ ਹੈਗਾ ਜਦੋਂ ਸੁਬਹਾ ਚੱਲੀ ਗਈ ਠੀਕ ਆ ਜੀ, ਉਹਨੇ ਕਿਹਾ ਪਰਸੋਂ ਜਾਣਾ ਜੀ, ਕਿਉਂਕਿ ਨਾਲ ਇੱਕ ਨਾ ਇੱਕ ਜਿਹੜਾ ਲਾਜ਼ਮੀ ਹੋਣਾ, ਕਿਉਂਕਿ ਇੱਕ ਜਿਹੜੀ ਮੇਰੇ ਕੋਲ ਜਿਹੜਾ ਇਕੱਲੇ 'ਚ ਜਿਹੜਾ ਭਰਾਈਆਂ ਨਹੀਂ ਜਾਣੀਆਂ, ਤਾਂ ਪਰ ਰਲ ਕੇ ਜਿਹੜਾ ਜਾਵਾਂਗੇ ਅਤੇ ਭਰਾ ਕੇ ਫਿਰ ਜਿਹੜਾ ਕਰੇ ਇੱਥੇ ਜਿਹੜਾ ਆਰਾਮ ਸਕੂਨ ਨਾਲ ਜਿਹੜਾ ਸਿਲਾਈ ਜਿਹੜਾ ਕਰ ਲਵਾਂਗੀ। ਚੱਲਦੇ ਹਾਂ ਚੱਲ ਕੇ ਦੰਦ ਜਿਹੜਾ ਉੱਤੇ ਥੋੜ੍ਹਾ ਬਹੁਤ ਸੈਟਿੰਗ ਵੈਟਿੰਗ ਕੀਤੀ, ਉਹ ਵਾਲੀ ਯਾਦ ਬੈਠ ਗਈ, ਚੱਲ ਕੇ ਦਿਖਾਉਂਦੇ ਹਾਂ ਨਾਲੇ ਜਿਹੜਾ ਪਰਦਿਆਂ ਨੂੰ ਮੇਰੀ ਦਿਲ ਹੈਗੀ ਆ ਵੀ ਥੱਲੇ ਵਾਲੀ ਸਾਈਡ ਜਿਹੜਾ ਜਾਲਰ ਵਗੈਰਾ ਲਾਉਂਦੀ ਹਾਂ, ਮਸ਼ੀਨ ਕੱਢ ਕੇ ਪਰਦੇ ਜਿਹੜੇ ਲੈ ਆਉਂਦੀ ਹਾਂ ਥੱਲੇ, ਮਸ਼ੀਨ ਇੱਥੇ ਬਾਹਰ ਕੱਢ ਕੇ ਅਤੇ ਜਾਲਰ ਲਾਉਂਦੀ, ਉਹ ਵੀ ਯਾਦ ਬੈਠ ਗਈ ਨਾਲ ਨਾਲ ਕੇ ਮੈਂ ਸ਼ੇਅਰ ਕਰਨਗੀ। ਲੱਕੜਾਂ ਜਿਹੜੀਆਂ ਥੱਲੇ ਵਾਲੀ ਬਕਾਇਆ ਤੁਸੀਂ ਦੇਖੀ ਹੋਣੀ, ਉਹਦੇ ਨਾਲ ਜਿਹੜਾ ਥੱਲੇ ਜਾ ਫਿਰ ਲਈ ਵੇਖਿਆ ਵੀ ਗਿੱਲੀ ਖੜੋਤੀ ਆ ਕੇ ਬਿਲਕੁਲ ਖੁਸ਼ ਖੋਸ਼ ਹੋਣ, ਬਲਕਿ ਸਾਰੀ ਨੂੰ ਫੱਟ ਕੇ ਜਿਹੜਾ ਇੱਥੇ ਰੱਖ ਦਿੰਦੇ ਆ, ਆਹ ਚਲੋ ਇੱਕ ਦਿਨ ਦੀ ਆਂਡੀ ਜਿਹੜਾ ਉਹ ਵਾਲੀ ਬਣ ਜਾਤੀ, ਸੈਟਿੰਗ ਵੇਟਿੰਗ ਕੁਛ ਇਸ ਤਰ੍ਹਾਂ ਕੀਤੀ ਹੈਗੀ ਆ। ਆਹ ਮੰਜਾ ਜਿਹੜਾ ਇੱਥੇ ਪਾ ਦਿੱਤਾ, ਚਲੋ ਬੰਦਾ ਕਿਸੇ ਵਕਤ ਜਿਹੜਾ ਜਦੋਂ ਉੱਥੇ ਰੋਟੀਆਂ ਵਗੈਰਾ ਜਿਹੜਾ ਲਾਉਂਦਾ ਪਿਆਉਂਦਾ ਨਾ, ਅਤੇ ਇੱਥੇ ਜਿਹੜਾ ਆਰਾਮ ਸਕੂਨ ਨਾਲ ਜਿਹੜਾ ਬਹਿ ਜਾਂਦਾ। ਬਾਕੀ ਗੜਾ ਜਿਹੜਾ ਸਿੱਖ ਸਾਈਡ 'ਤੇ ਜਿਹੜਾ ਕਰ ਦਿੱਤਾ, ਦੂਸਰੀਆਂ ਹਾਲ ਪਰਦਾ ਇੱਕ ਜਿਹੜਾ ਇਸ ਤਰ੍ਹਾਂ ਜਿਹੜਾ ਲਾਇਆ, ਦੂਸਰਾ ਜਿਹੜਾ ਇਹ ਬਲਕਿ ਅੱਗੇ ਦਾ ਹੀ ਲੱਥਾ ਹੋਇਆ, ਜਦੋਂ ਦੇਰੀ ਆਈ ਹੈ ਫਿਰ ਮਿਲਾ ਕੇ ਜਿਹੜਾ ਅਤੇ ਉਹ ਵਾਲਾ ਜਿਹੜਾ ਉਹ ਵਾਲਾ ਪਰਦਾ ਜਿਹੜਾ ਲਾ ਲੈਂਦੇ ਹਾਂ, ਅਤੇ ਇਹਨਾਂ ਨੂੰ ਥੱਲੇ ਵਾਲੀ ਸਾਈਡ ਤੋਂ ਇੱਕ ਰੀਤ ਜਿਹੜਾ ਕੋਈ ਵਧਣੀ ਜੀ ਜਿਹੜਾ ਇੰਝ ਕਰਕੇ ਜਾਲਾ ਲਾਉਂਦੇ ਹਾਂ ਵੀ ਜ਼ਿਆਦਾ ਜਿਹੜਾ ਉੱਡੇ ਨਾ ਹਵਾ ਆਵੇ, ਫਿਰ ਇਨਸ਼ਾਅੱਲਾ ਜਿਸ ਤਰ੍ਹਾਂ ਤੁਹਾਨੂੰ ਸੁਭਾਅ ਲਾ ਕੇ ਦੱਸਿਆ ਹੈਗਾ ਵੀ ਇਹਨਾਂ ਦੂਸਰੀਆਂ ਸਿਰਕੀਆਂ ਵਗੈਰਾ ਲੈ ਕੇ ਉਹ ਵਾਲੀਆਂ ਜਿਹੜੀਆਂ ਲਾਉਂਦੇ ਹਾਂ, ਇਨਸ਼ਾਅੱਲਾ ਉਹ ਵੀ ਜਿਹੜਾ ਬਹੁਤ ਜਲਦ ਲਵਾਂਗੇ ਅਤੇ ਲਾਵਾਂਗੇ। ਸਭ ਤੋਂ ਪਹਿਲਾਂ ਤਾਂ ਜੇ ਥੋੜ੍ਹੀ ਇਹ ਹੀ ਹੈਗਾ ਵੀ ਇਹਦਾ ਹੱਲ ਵੀ ਇਹਨਾਂ ਨੇ ਜਿਹੜਾ ਥੱਲੇ ਵਾਲੀ ਸਾਈਡ ਜਿਹੜਾ ਜਾਲਾ ਲਾਉਂਦੀ ਹਾਂ, ਲਾ ਕੇ ਸਮੂਹ ਨੂੰ ਕਿੰਨਾ ਪਿਆਰਾ ਕੀਤਾ, ਆਹ ਪੀੜੀਆਂ ਚੱਕ ਕੇ ਜਿਹੜਾ ਇੱਥੇ ਰੱਖ ਦਿੱਤੀਆਂ ਨੇ ਸਮੂਹ ਨੂੰ ਸਾਰੀਆਂ ਚੀਜ਼ਾਂ ਜਿਹੜਾ ਜਿਵੇਂ ਜਿਵੇਂ ਅੱਗੇ ਸੀ, ਮੈਂ ਫਿਰ ਤੇ ਜਿਹੜਾ ਰੱਖ ਸੁਬਹਾ ਝਾੜੂ ਵਗੈਰਾ ਲਾਇਆ, ਸਾਫ਼ ਸੁਥਰਾ ਹੋ ਗਿਆ ਮਾਸ਼ਾਅੱਲਾ, ਕਾਫ਼ੀ ਜਿਹੜਾ ਕਿਚਨ ਪਿਆਰਾ ਜਿਹੜਾ ਲੱਗ ਰਿਹਾ, ਅਤੇ ਚੁੱਲ੍ਹਾ ਜਿਹੜਾ ਦੂਸਰਾ ਬਾਲਟੀ ਆ ਉਹਨੂੰ ਜਿਹੜਾ ਉਹ ਬਲਕਿ ਉਹ ਚੱਕ ਕੇ ਰੱਖਿਆ ਹੋਇਆ, ਉਹਨੂੰ ਦੂਸਰਾ ਮੱਟੀ ਜਿਹੜਾ ਉਹ ਵਾਲੀ ਲਾਉਣੀ ਆ ਵੀ ਕਦਰੇ ਕਿਤੇ ਚੱਕ ਕੇ ਜਿਹੜਾ ਬੰਦਾ ਇੱਕ ਸਮੂਹ ਲਾਹ ਬਣ ਰਿਹਾ ਤਾਂ ਉਹਦੇ 'ਚ ਕੋਈ ਨਾ ਕੋਈ ਚੀਜ਼ ਜਿਹੜਾ ਬਣਾਉਣੀ ਪੈ ਜਾਂਦੀ, ਤਾਂ ਪਰ ਉਹਨੂੰ ਜਿਹੜਾ ਮੱਟੀ ਲਾਉਣੀ ਹੈਗੀ ਆ। ਚਲੋ ਇਹਨਾਂ ਲਾਹ ਲਿਆ, ਇਹਨਾਂ ਨੂੰ ਜਾਲਾ ਲਾ ਕੇ ਅਤੇ ਧੋ ਕੇ ਫਿਰ ਜਿਹੜਾ ਇਹਨਾਂ ਨੂੰ ਪਾਵਾਂਗੇ, ਨਹੀਂ ਤਾਂ ਇਸੇ ਤਰੀਕੇ ਪਾ ਕੇ ਆਦ ਬਣ ਪਈ ਨੇ, ਫਿਰ ਜਿਹੜਾ ਲਾਹ ਕੇ ਇਨਸ਼ਾਅੱਲਾ ਅੱਜ ਵਾਲੇ ਦੀ ਲਾਹ ਕੇ ਚਾਹ ਦੇ ਬਣ ਪਈ ਦਿਖਾਵਾਂਗੇ, ਅਤੇ ਕੱਪੜੇ ਥੋੜ੍ਹੇ ਬਹੁਤੇ ਜਿਹੜਾ ਰੂਹ ਫਾਤਮਾ ਨੇ ਮੇਰੇ ਖਿਆਲ ਆਪਣੇ ਜਿਹੜਾ ਪਾਇਆ ਤੁਸੀਂ ਵੇਖਣੇ, ਕੁਛ ਥੋੜ੍ਹਾ ਸੌ ਤਿੰਨ ਫਲਾਹ ਚੱਲਣੇ ਆ, ਉਹ ਬੱਚੇ ਦੇ ਤੋਂ ਦਿੱਲੇ ਨੇ ਮੇਰੇ ਖਿਆਲ ਆ ਗਏ ਨਹੀਂ ਚੱਲਣੇ। ਆਟੇ ਵਾਲੀ ਜਿਹੜਾ ਬੋਰੀ ਉਹੀ ਮੈਂ ਧੋ ਕੇ ਜਿਹੜਾ ਰੱਖ ਦਿੰਦੀ ਹਾਂ, ਨੇਵੀ ਹੁਣ ਵਲੇਟ ਕੇ ਰੱਖ ਦੇਵਾਂਗੀ, ਅਤੇ ਜਦੋਂ ਫਿਰ ਆਟਾ ਜਿਹੜਾ ਪਿਲਾਈ ਕਰਾਉਣਾ ਪਿਸਾਉਣਾ ਹੋਇਆ ਉਹ ਫਿਰ ਜਿਹੜਾ ਦਾਣੇ ਦੇ ਪਾ ਕੇ ਜਿਹੜਾ ਸਾਹ ਲਵਾਂਗੇ, ਕਿਉਂਕਿ ਕੋਈ ਬੋਰੀ ਜਿਹੜਾ ਬਣਾਈ ਹੋਈ ਇਹਦੇ 'ਚ ਐਵੇਂ ਜਿਹੜਾ ਧੋ ਕੇ, ਆਹ ਜਿਹੜਾ ਗੜੇ ਦਾ ਲਾੜ ਹੈਗਾ ਸੀ ਉਹ ਜਿਹੜਾ ਧੋ ਦਿੱਤਾ, ਉਹ ਜਿਹੜਾ ਉੱਤੇ ਜਿਹੜਾ ਪਾ ਦਿੰਦੀ ਹਾਂ।
ਮੈਂ ਤਾਂ ਸਾਡੇ ਦੋਪੀ ਜੇ ਨਾ ਆਈ ਖੜੋਤੀ। ਚਲੋ ਕੋਈ ਗੱਲ ਨਹੀਂ, ਇੱਥੇ ਜਦੋਂ ਪਰਦੇ ਲੱਗ ਜਾਣਗੇ ਉਦੋਂ ਸਮਨ ਧੁੱਪ ਜੇ ਨਾ ਅੰਦਰਲੀ ਸਾਈਡ 'ਤੇ ਬਿਲਕੁਲ ਜੇ ਨਾ ਨਹੀਂ ਆਵੇਗੀ। ਹਾਂਜੀ, ਤਾਂ ਇੱਥੇ ਜਿਹੜਾ ਮਸ਼ੀਨ ਬਾਹਰ ਜਿਹੜਾ ਕੱਢ ਲਈ, ਸਭ ਤੋਂ ਪਹਿਲਾਂ ਜਿਹੜੇ ਨਾਲ ਦੋ ਕੋਣੇ ਲਾਇਆ ਜੀ ਅਸੂ, ਮੈਂ ਕਹਿੰਦਾ ਜਿਹੜਾ ਨਾਲ ਤੁਸੀਂ ਵੇਖਦੇ ਪਏ ਉਸ ਪੈਣਾ ਵੀ ਇਹ ਜਿਹੜਾ ਇਸ ਤਰ੍ਹਾਂ ਦਾਗੇ ਜੇ ਨਿਕਲ ਜਾਂਦੇ ਨੇ, ਇਹਨਾਂ ਜਿਹੜਾ ਸਾਈਡਾਂ ਜਿਹੜਾ ਲੋਕ ਕਵਰ ਕਰ ਲੈਂਦੀ ਹਾਂ, ਅਤੇ ਉਸ ਤੋਂ ਬਾਅਦ ਜਿਹੜਾ ਆਲੇ ਪਰਦੇ ਜਿਹੜਾ ਉਹਨਾਂ ਨੂੰ ਕੱਪੜਾ ਜਿਹੜਾ ਲਾ ਲੈਂਦੀ ਹਾਂ। ਬਿੱਲੀ ਔਰ ਲਾਇਆ ਕੈਂਚੀ, ਬਾਜਿਆ ਬਾਜਿਆ ਦਿੱਲੀ ਜਿਹੜਾ ਕਿੱਕ ਬਾਜੀ ਔਰ ਕੈਂਚੀ ਲੈ ਕੇ ਗਏ ਹਰਿਆਣਾ ਵਾਲੀ, ਅਤੇ ਉੱਧਰੋਂ ਜਿਹੜਾ ਲੈ ਕੇ ਆਈ ਹਾਂ, ਇਹ ਸਨੇਹਾ ਲਿਆ ਪਾਈ ਚੰਨੇ ਆਖ ਮੈਂ ਵੀ ਜਿਹੜਾ ਨਾਲ ਜਾਣਾ। ਪਾਪੜ ਤਾਂ ਆ ਪਿਆ ਇਸ ਤਰ੍ਹਾਂ ਜਿਹੜਾ ਸਾਡਾ ਇਸ ਤਰ੍ਹਾਂ ਕਵਰ ਕਰ ਛੱਡ ਸਾ, ਫਿਰ ਸਮੂਹ ਜਿਹਨਾਂ ਧਾਗਾ ਵਗੈਰਾ ਜਿਹਨਾਂ ਨਹੀਂ ਨਿਕਲਦਾ। ਨਾ ਨਾ ਇਹਦੇ ਨਾਲ ਨਹੀਂ, ਇਹਦੇ ਨਾਲ ਹੀ ਆਉਣਾ। ਆ ਸੱਦਾ ਪੈਂਦੇ ਅੱਜ ਇਸ ਤਰ੍ਹਾਂ ਕਰਕੇ ਨਾ, ਹੁਣ ਸਮੁੰਦਰ ਜਿਹੜਾ ਹੁਣ ਪੱਕਾ ਹੋ ਜਾ ਸੀ ਨਾਲੇ ਉਤਲੀ ਸਾਈਡ ਤੋਂ ਜਿਹੜਾ ਤਾਗੇ ਤੁਗੇ ਨਾ ਨਿਕਲ ਨਾ। ਬਿੱਲੋ ਬਿੱਲੋ ਚਲਾਉਣ ਦੀ ਆਵਾਜ਼ ਸਿੱਖੀ ਤਾੜੀਆਂ ਮਾਰ ਆਪਣਾ ਵੇਖ ਲਾ ਮਸ਼ੀਨ ਚੱਲਦੀ ਪਈ। ਸਭ ਤੋਂ ਪਹਿਲੇ ਕੋਣੇ ਜਿਹੜਾ ਉਹ ਕਰ ਲੈਂਦੇ ਹਾਂ, ਹੁਣ ਆਪਾਂ ਜਿਹੜਾ ਤਾੜੀ ਮਾਰੀ ਬਿੱਲੋ ਤਾੜੀ ਮਾਰ, ਇਹਦੇ ਨਾ ਤਾੜੀ ਮਾਰ, ਸਹੀ ਬਾ ਕੇ ਇੱਕ ਬਾ ਕੇ ਤਾੜੀ ਮਾਰ, ਤਾੜੀ ਕਿਵੇਂ ਮਾਰਨਾ, ਤਾੜੀ ਮਾਰ। ਆਟਾ ਕਿਵੇਂ ਗੁੰਨੇ, ਆਟਾ ਤਾਂ ਗੁੰਨ ਐਂ ਕਰ ਗੁਜਰਾ, ਫਿਰ ਰੋਟੀ ਕਿਵੇਂ ਪਕਾਈ ਸੀ ਐਂ ਕਰਕੇ ਕੀ ਸ਼ਾ। ਦੁਆ ਤਾਂ ਮੰਗ, ਦੁਆ ਮੰਗੀ, ਦੁਆ ਮੰਗ ਕਿਵੇਂ, ਦੁਆ ਮੰਗਣਾ ਐਂ ਕਰਕੇ ਮਿਲੋ ਬਈ, ਦੁਆ ਮੰਗਦੀ ਐਂ ਲੈਂਦੇ ਸ਼ੇਰ ਨੂੰ।
ਇੰਨਾ ਕੁ ਜਿਹੜਨਾ ਹੋ ਗਿਆ ਇਸ ਤਰ੍ਹਾਂ ਸਮਝ ਜਿਹੜਨਾ ਉਹ ਜੈਸਾ ਸਹੀ ਸਿੱਧੀਆਂ ਲੈਣਾ ਤਾਂ ਨਹੀਂ ਵਾਗਦੀਆਂ ਲੇਕਿਨ ਜਿਹੜਨਾ ਚਲੋ ਜਿੰਨਾ ਕੁ ਹੈਗਾ ਜਿੰਨਾ ਆਪ ਨੂੰ ਸਮਝ ਜਿਹੜਨ ਵੱਲ ਆਉਂਦਾ ਉਹ ਬੰਦਾ ਉਹਨਾਂ ਬਸ ਇਹ ਦਿਨ ਉਹ ਖੇਡ ਨਾ ਇਹਦੇ ਨਾਲ ਆਵੀ ਆਈ ਆਈ ਆਉਂਦੀ ਆਈ ਪਿਛਾਂ ਇੱਕ ਸਾਈਡ ਜਿਹੜਾ ਮੁਕੰਮਲ ਹੋ ਗਈ ਹੁਣ ਜਿਹੜਾ ਦੂਸਰੀ ਸਾਈਡ ਜਿਹੜਾ ਲਾ ਲੈਂਦੇ ਹਾਂ ਬਾਜ ਆਦੀ ਅੰਮੀ ਹਲ ਜਾਣਾ ਏ ਬਿੱਲੋ ਕੀ ਸ਼ਾ ਨਾ 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 ਘਰ ਆਉਂਦਾ ਆਈ ਆਈ ਆ ਪਈ ਚਾਲ ਖੇਡ ਥਈ ਬਾਕੀ ਇਹਦੀ ਨਾਨੀ ਗਈ ਆਈ ਆਦੀ ਬੇਟੀ ਹਲੇ ਮਿਲੇ ਤੇ ਇਹਨੇ ਕਿਹਾ ਮੈਂ ਨਾਲ ਜਾਣਾ ਅੱਜ ਦੂਸਰਾ ਤੀਸਰਾ ਦਿਨ ਬਿਲਕੁਲ ਰੋਈ ਨਹੀਂ ਹੈ ਅਤੇ ਜਦੋਂ ਮੈਂ ਗਈ ਹਾਂ ਤਾਂ ਮੇਰੇ ਨਾਲ ਉਹ ਨਹੀਂ ਦੇਣਾ ਖੁਸ਼ੀ ਖੁਸ਼ੀ ਹੋ ਕੇ ਆ ਗਈ ਉਹਨੇ ਸਮੇਂ ਤੇ ਨਾਲੇ ਜਾਣਾ ਨਾ ਨਾ ਇਹਦੇ ਨਾ ਹੱਥ ਮਾਰੀ ਆਈ ਹੁੰਦੀ ਆਈ ਕਾਕਾ ਹੱਥ ਮਾਰੀ ਆਈ ਹਾਈ ਆ ਲਾ ਲਾ ਨਹੀਂ ਬਾਜ ਮਾਰ ਇਹਦੇ ਨਾ ਵੀ ਚੱਲ ਆ ਅਰਸ਼ਾ ਖੇਡ ਪਾਪੜ ਕੀ ਦੇ ਬਿੱਲੋ ਪਾਪੜ ਪਾਪੜ ਕੀ ਦੇ ਹਾਂ ਮੁਕੰਮਲ ਪਾਉਣਾ ਜੇ ਨਾ ਕਰ ਲੈਂਦੀ ਹਾਂ ਨਾ ਫਿਰ ਆਦ ਬਹਿਣ ਪੈ ਦਿਖਾਉਂਦੀ ਹਾਂ ਹਾਂਜੀ ਤੁਸੀਂ ਮਾਸ਼ਾਅੱਲਾ ਜਿਹੜਾ ਨਾ ਰਹਿ ਗਈ ਆ ਤੇ ਦੂਸਰਾ ਪੋਣਾ ਜਿਹੜਾ ਬਾਅਦ ਵਿੱਚ ਬਣਾਵਾਂਗੇ ਸਭ ਤੋਂ ਪਹਿਲੇ ਪਰਦੇ ਬਣਾਉਂਦੇ ਆ ਤੇ ਆਲੇ ਬਹਿਣ ਪਈਆਂ ਜਿਹੜਾ ਲਾ ਕੇ ਦਿਖਾਵਾਂਗੇ ਹਾਂਜੀ ਕਿਉਂਕਿ ਨਾ ਤੈਨ ਜਿਹੜਾ ਕਾਫੀ ਸਾਰ ਲੱਗ ਜਾਣਾ ਫਿਰ ਅਸਲ ਜਿਹੜਾ ਸ਼ਾਮ ਹੋ ਜਾਣੀ ਹਾਂਜੀ ਤੇ ਆਈ ਸਾਡੇ ਘਰ ਜਿਹਨਾਂ ਦੂਸਰੀ ਬਿੱਲਾ ਵੀ ਆਈ ਹਾਂ ਹਾਂ ਉਹ ਖੇਲਦੀ ਬੰਦੀ ਹੈ ਹਾਂਜੀ ਇੱਧਰ ਜਾਂਦੀ ਕਦੀ ਬਾਹਰ ਜਾਂਦੀ ਬਾਹਰ ਖੇਲਦਾ ਪਿਆ ਮੈਂ ਹੁਣ ਗੁਲਾਲ ਉਹ ਜਿਹੜਾ ਨਾ ਲਵੇ ਫਿਰ ਮੰਜੇ ਜਿਹੜੇ ਬਾਹਰ ਕੱਢਾਂਗੇ ਤੇ ਰੂਹ ਪਾਪਾ ਜਿਹੜੇ ਆਟਾ ਗੁੰਨ ਰਹੀ ਆ ਤੇ ਨਾਲ ਬਣਾਉਣੀਆਂ ਲੱਸੀ ਬਣਾ ਕੇ ਫਿਰ ਜਿਹੜਾ ਰੋਟੀਆਂ ਬਣਾਉਣੀਆਂ ਨੇ ਰੂਹ ਪਾਪਾ ਉੱਤੇ ਗਈ ਹੋਈ ਆਟਾ ਜਿਹੜਾ ਗੁੰਨ ਰਹੀ ਜਿੰਨਾ ਸਾਧ ਮਾਰ ਤੇ ਮੈਂ ਜਿਹੜਾ ਗੱਲਾਂ ਗੱਲਾਂ ਜਿਹੜਾ ਦੂਸਰੀ ਸਾਈਡ ਲਾ ਲਈਏ
ਲਾਗ ਬਣਾਉਂਦੀ ਬਣਾਉਂਦੀ ਜਿਹੜੀਆਂ ਲਾਗ ਦੇ ਵਿਆਹ ਨੇ ਸਭ ਸਿੱਧਲਾ ਜਿਹਨਾਂ ਆਹ ਸਾਈਡ ਐਂਡ ਕਰਕੇ ਲਾਣੀਆਂ ਇੱਕ ਲਾ ਦੋ ਸੀ ਦੇਖੇ ਚਲੋ ਵਕਾਫ ਨਾ ਪਤਾ ਟਾਈਮ ਨਾ ਲੱਗ ਗਿਆ ਜੇ ਕਰਦੇ ਇਹਨਾਂ ਨਵੇਂ ਨਵੇਂ ਦਰਦੀਆਂ ਨੂੰ ਇਵੇਂ ਇਵੇਂ ਵਾਲ ਲੱਗਦਾ ਬਿਲਕੁਲ ਸਹੀ ਗੱਲ ਹੈ ਜਾ ਕੇ ਬੰਦੇ ਦਾ ਉਹ ਸਮਾਂ ਲਓ ਆਹ ਪਾਸਾ ਮੈਂ ਦੇ ਜਾਣਾ ਸਾਈਡ ਗਾਰਡ ਨਹੀਂ ਜਿਹੜੀ ਨਿੰਦੂ ਸੀ ਗਿਆ ਚਲੋ ਕੋਈ ਨਹੀਂ ਕਿਲੋ ਸਾਥੀ ਮਰਿੰਦੀ ਹੈ ਜੇ ਬਲੀ ਨਾਨਾ ਕੀ ਨਹੀਂ ਨਾਨਾ ਨਾਨਾ ਕਿੰਨਾ ਪਿਆਰਾ ਲੱਗਦਾ ਹੈ ਕਿਲੋ ਨਾਨਾ ਕਿੰਨਾ ਪਿਆਰਾ ਬਣਿਆ ਲੱਗਦਾ ਸਾਥੀ ਕਿੰਨਾ ਪਿਆਰਾ ਲੱਗਦਾ ਨਾਨਾ ਕਿੰਨਾ ਪਿਆਰਾ ਲੱਗਦਾ ਹੈ ਤੇ ਦਾਦਾ ਦਾ ਨਾਨਾ ਨੇ ਕਿਵੇਂ ਰੋਟੀਆਂ ਬਣਾ ਰਹੀ ਹੈ ਜੀ ਨਾਨਾ ਨੇ ਰੋਟੀਆਂ ਕਿਵੇਂ ਬਣਾ ਬੜੀਆਂ ਗੱਲਾਂ ਕਰਦੀ ਜਿਵੇਂ ਨਹੀਂ ਆਖੋ ਨਾ ਕਿਵੇਂ ਰੋਟੀ ਬਣਾਈ ਸੀ ਆਟਾ ਕਿਵੇਂ ਗੁੰਨਾ ਕਿਵੇਂ ਆਟਾ ਨਹੀਂ ਕਰਦੇ ਸਹੀ ਰੋਟੀ ਕਿਵੇਂ ਬਣਾਉਣੀ ਰੋਟੀ ਐਂ ਐਂ ਕਰਕੇ ਐਂ ਐਂ ਕਰਕੇ ਜਾ ਲਾਉਣੀ ਐਂ ਐਂ ਕਰਕੇ ਕਿਵੇਂ ਪਕਾਉਣੀ ਰੋਟੀ ਐਂ ਕਰਕੇ ਜਾ ਲਾਉਣੀ ਅਤੇ ਦੁਆ ਕਿਵੇਂ ਮੰਗਦੀ ਨਾ ਪੜ੍ਹ ਕੇ ਐਂ ਕਰਕੇ ਐਂ ਕਰਕੇ ਦੁਆ ਮੰਗਦੀ ਬਿਲਕੁਲ ਛੋਟੀ ਜੀ ਅਤੇ ਗੱਲਾਂ ਜੇ ਨਾ ਜਿਵੇਂ ਪੁੱਛੋਗੇ ਨਾ ਵੀ ਇਸ ਤਰ੍ਹਾਂ ਕਿਵੇਂ ਕਰਨਾ ਇਸ ਤਰ੍ਹਾਂ ਕਿਉਂਕਿ ਜਿਹੜੀ ਹੈਗੀ ਨਾ ਦਾਦੀ ਅੰਮਾ ਉਹ ਜੇ ਨਮਾਜ਼ ਪੜ੍ਹਦੀ ਹੈਗੀ ਆ ਅਤੇ ਉਹਦੇ ਜੇ ਨਾ ਦੇਖਦੀ ਆ ਫਿਰ ਉਹਨੂੰ ਜੇ ਨਾ ਕਹਿੰਦੀ ਆ ਨਹੀਂ ਇਸ ਤਰ੍ਹਾਂ ਜੇ ਨਾ ਦੁਆ ਮੰਗਣੀ ਕੱਪੜੇ ਖਰਾਬ ਦਿੱਤੀ ਜਾਂਦੀ ਸੀ ਠੀਕ ਆ ਕੱਪੜੇ ਨਾਨਾ ਕੀ ਆਂਦਾ ਫਿਰ ਦੁਆ ਤਾਂ ਮੰਗਦਾ ਨਾਨਾ ਆਂਦਾ ਫਿਰ ਦੁਆ ਮੰਗੀ ਕਿਵੇਂ ਉਹ ਦਿੰਦੀ ਆ ਦੁਆ ਤਾਂ ਮੰਗ ਆਹੀਂ ਕਰਕੇ ਦੁਆ ਕਿਵੇਂ ਮੰਗਣੀ ਦੁਆ ਤਾਂ ਮੰਗ ਦੁਆ ਲਵਾਲੀ ਕੋਈ ਨਹੀਂ ਰੋਟੀ ਪਕਾ ਦੇ ਮੈਨੂੰ ਰੋਟੀ ਕਿਵੇਂ ਪਕਾ ਦੇ ਆਟਾ ਕਿਵੇਂ ਗੁੰਨਣਾ ਆਟਾ ਕਿਵੇਂ ਗੁੰਨਣਾ ਆਟਾ ਗੁੰਨੀ ਹੁਣ ਆਹ ਤਾਂ ਖੇਡੇ ਪਈ ਸੋਟੀ ਨਹੀਂ ਸਾਰਾ ਦੱਸਿਆ ਜਾਂ ਫਿਰ ਭਰਾ ਕਰ ਲਓ ਉਹਨੂੰ ਬਿਜਲੀ ਆ ਲਿਆ ਤੇ ਜਾ ਚਾਲ ਜਾ ਫਿਰ ਵੇਖੀ ਭਰਾ ਕਰ ਕਿਉਂ ਅੱਜਿਆ ਬਿੱਲੋ ਤਾਂ ਪਕਾ ਨਹੀਂ ਦੇ ਆਖ ਨਾ ਨਾ ਕਰੂ ਤਾਂ ਵੀ ਆ ਤੂੰ ਹੀ ਦਬਕਾ ਦੇ ਬਿੱਲੋ ਤੂੰ ਹੀ ਦਬਕਾ ਦੇ ਨਹੀਂ ਕਰਾਂ ਆ ਤੂੰ ਹੀ ਕਰ ਆਪਣਾ ਜਿੰਨਾ ਨੂੰ ਬਾਹਰ ਨਹੀਂ ਤਕਰੀਬਨ ਜੇ ਨਾ ਇੱਕ ਪਰਦਾ ਸਾਡਾ ਜੇ ਨਾ ਤਿਆਰ ਹੋਇਆ ਪੁੱਤਾ ਦੂਸਰਾ ਜੇ ਨਾ ਤਿਆਰ ਕਰਕੇ ਨਾ ਲਾ ਲੈਂਦੇ ਹਾਂ ਮੈਂ ਹਾਂਜੀ ਫਾਈਨਲੀ ਇੱਕ ਜੇ ਨਾ ਪਰਦੇ ਨੂੰ
ਥੋੜਾ ਬਹੁਤ ਨੀ, ਕਾਫੀ ਮੈਚ ਹੋ ਗਿਆ ਤਕਰੀਬਨ। ਬਾਕੀ ਮੰਜੇ ਵਗੈਰਾ ਜਿੰਨਾ ਬਾਹਰ ਕੱਢ ਰਹੇ ਨੇ ਸਵੇਰਾ ਰੋਜ਼ ਪੂਰੀ ਹਾਂਜੀ, ਦੋਨੋਂ ਪਰਦੇ ਜੇ ਨਾ ਦੋਨੋਂ ਹੋ ਗਏ ਨੇ ਮੁਕੰਮਲ। ਚਲੋ ਠੀਕ ਹੈ, ਚਲ ਠੀਕ ਹੈ, ਅੱਜ ਲਾ ਲੈਂਦੇ। ਹਾਂਜੀ ਕੂਲਰ ਵਗੈਰਾ ਜਿੰਨਾ ਬਾਹਰ ਕੱਢ ਲਿਆ ਸਾ, ਹਾਂਜੀ। ਤੇ ਮਾਸ਼ਾਅੱਲਾ ਮਾਸ਼ਾਅੱਲਾ, ਫਾਈਨਲੀ ਮੈਂ ਜਿਹੜਾ ਪਰਦੇ ਸਿਲਾਈ ਕਰ ਲਏ, ਕਿਉਂਕਿ ਜਿਹੜੇ ਮਿਹਨਤ ਨਾਲ ਕਾਫੀ ਸਾਫ਼ ਸਫਾਈ ਕੀਤੀ ਆਈ, ਤੇ ਮੈਂ ਆਖਿਆ ਜਿਹੜਾ ਅੱਜ ਪਰਦੇ ਜਿਹੜਾ ਭਾਵੇਂ ਸ਼ਾਮ ਹੋ ਗਈ, ਮੈਂ ਬਾਹਰ ਲਾਜ਼ਮੀ ਤੇ ਤੰਦੂਰ ਜਿਹੜਾ ਹੁਣ ਬਾਲਣਾ ਹੈਗਾ। ਰੂਜ ਤਾਂ ਕਿਹਾ ਵੀ ਤੰਦੂਰ ਜਿਹੜਾ ਬਾਲਣੀ, ਮੈਂ ਪਰਦੇ ਲਾ ਲਈ, ਕਿਉਂਕਿ ਫਿਰ ਜਿਹੜਾ ਧੂੰਆਂ ਹੋਣਾ, ਪਰਦੇ ਸਹੀ ਤਰੀਕੇ ਲੱਗਣੇ ਨਹੀਂ। ਤੇ ਮੰਮਾ ਸੈਨ ਕਿਹਾ, ਅੰਮੀ ਜੀ ਇੱਕ ਪਰਦੇ ਜਿਹੜਾ ਮਾਨ ਲੈ ਮੈਂ ਲੈਣਾ, ਤੁਸੀਂ ਜਿਹੜਾ ਵੀ ਲਾਗ ਬਣਾਓ। ਮੰਮਾ ਸੈਨ ਨਾ ਕੇ ਜਿਹੜਾ ਬਲੈਕ ਸੂਟ ਜਿਹੜਾ ਪਾਇਆ, ਜਿਹੜਾ ਮਕਸੂਦ ਹੋਰਾਂ ਜਿਹੜਾ ਗੰਢਾਂ 'ਤੇ ਜਿਹੜਾ ਲਿਆ ਸੀ, ਇਸ ਤਰ੍ਹਾਂ ਕਰਕੇ, ਕਿਉਂਕਿ ਹੁਣ ਜਿਹੜਾ ਥੱਲੇ ਵਾਲੀ ਸਾਈਡ ਤੀਕਰ ਜਿਹੜਾ, ਬਲਕਿ ਥੱਲੇ ਜ਼ਮੀਨ ਤੀਕਰ ਆ ਗਿਆ ਫਰਾਸ਼ ਤੀਕਰ, ਹੁਣ ਜਿਹੜਾ ਉੱਡੇਗਾ ਬਿਲਕੁਲ ਨਹੀਂ, ਇਸ ਤਰ੍ਹਾਂ ਜਿਹੜਾ ਕਾਫੀ ਜਿਹੜਾ ਕਵਰ ਹੋਵੇਗਾ ਇੰਝ ਕਰਕੇ। ਹਾਂਜੀ ਸਹੀ ਹੈ, ਹੋਰ ਥੋੜ੍ਹਾ ਜਿਹਾ ਇਧਰਲੀ ਇਹ ਸਾਈਡ ਵਾਲੀ ਜਿਹੜਾ ਇਹ ਸਾਈਡ ਵਾਲੀ ਇੰਝ ਕਰਕੇ ਥੋੜ੍ਹੀ ਜਿਹੀ ਅੱਗੇ ਕਰ ਲਾ ਥੋੜ੍ਹੀ ਜਿਹੀ, ਹਾਂ ਇੱਥੇ ਇੰਝ ਕਰਕੇ, ਹਾਂ ਅੱਛਾ ਚੱਲ ਹੁਣ ਸਹੀ, ਹੁਣ ਥੋੜ੍ਹਾ ਜਿਹਾ ਉੱਚਾ ਕਰ ਲਵੇ ਇਸ ਸਾਈਡ ਇੰਝ ਕਰਕੇ, ਇੱਥੇ ਆ ਗਈ ਨੇ ਫਿਰ ਇਧਰਲੀ ਸਾਈਡ ਇੰਝ ਕਰ, ਇੱਥੇ ਹੁਣ ਸਹੀ, ਹੁਣ ਬਿਲਕੁਲ ਜਿਹੜਾ ਇੱਥੇ ਹੁਣ ਬਿਲਕੁਲ ਥੱਲੇ ਵਾਲੀ ਸਾਈਡ ਜਿਹੜਾ ਕਵਰ ਹੋਊਗੀ, ਕਿੰਨਾ ਪਿਆਰਾ ਜਿਹੜਾ ਲੱਗ ਰਿਹਾ। ਜਦੋਂ ਸਮਝ ਲਓ ਦੂਸਰਾ ਹੀ ਲੱਗ ਜਾਵੇਗਾ ਨਾ, ਅਤੇ ਆਜ ਸਮਝ ਲਓ ਫਾਈਨਲੀ ਸਾਡਾ ਜਿਹੜਾ ਕਿਚਨ ਮੁਕੰਮਲ ਹੋ ਗਿਆ, ਨਾਲੇ ਸਾਫ਼ ਸੁਥਰਾ ਹੋ ਗਿਆ ਸਾਰਾ, ਟੋਟਲੀ ਜਿਹੜਾ ਝਾੜੂ ਵਗੈਰਾ ਇੱਧਰੋਂ ਹੀ ਲਾਇਆ ਸੀ ਛੱਤਾਂ ਤੋਂ, ਟੋਟਲੀ ਸਾਰਾ ਜਿਹੜਾ ਸਾਫ਼ ਸੁਥਰਾ ਹੋ ਗਿਆ, ਲੱਕੜਾਂ ਲੁੱਕੜਾਂ ਜਿਹੜਾ ਇੱਕ ਸਾਈਡ 'ਤੇ ਜਿਹੜਾ ਰੱਖੀਆਂ ਹੋਈਆਂ ਨੇ, ਅਤੇ ਬਾਕੀ ਮਾਸ਼ਾਅੱਲਾ ਜਿਹੜਾ ਜੋ ਸਮੁੱਲ ਇਸਤੇਮਾਲ ਕਰਨ ਚੀਜ਼ ਆ ਉਹ ਜਿਹੜਾ ਅੰਦਰ ਪਈ ਲੱਗ ਗਿਆ ਮੰਮਾ ਸੈਨ ਇਹਦੇ, ਹਾਂ ਕਾਫੀ ਪਿਆਰਾ ਜਿਹੜਾ ਲੱਗ ਰਿਹਾ ਮੰਮਾ ਸੈਨ। ਅੱਜ ਤਾਂ ਮੈਂ ਕਹਿੰਦੀ ਹਾਂ ਕਿਆ ਹੀ ਬਾਤ ਹੈ ਪਰਦਿਆਂ ਦੀ, ਬੜੇ ਜ਼ਬਰਦਸਤ, ਕਿਉਂਕਿ ਥੋੜ੍ਹੇ ਜਿਹੜਾ ਛੋਟੇ ਹੈਗੇ ਸੀ ਦਰਵਾਜ਼ੇ ਜਿਹੜਾ ਉੱਚੇ ਹੈਗੇ ਸੀ, ਤਾਂ ਪਰ ਉਹ ਅਗਲੇ ਜਿਹੜਾ ਸਹੀ ਤਰੀਕੇ ਨਹੀਂ ਲੱਗੇ, ਅਤੇ ਮੈਚਿੰਗ ਵਾਕਿਆ ਜਿਹੜਾ ਥੋੜ੍ਹੀ ਬਹੁਤੀ ਜਿਹੜਾ ਬਿਲਕੁਲ ਮਹਿਸੂਸ ਨਹੀਂ ਹੋ ਰਿਹਾ, ਬਲਕਿ ਜਿਹੜਾ ਪਿਆਰਾ ਲੱਗ ਰਿਹਾ ਥੱਲੇ ਵਾਲੀ ਸਾਈਡ ਜਿਹੜਾ ਝਾਲਰ ਵਗੈਰਾ ਲੱਗੀ ਆ ਨਾ, ਐਵੇਂ ਇਸ ਤਰ੍ਹਾਂ ਖੋਲ ਨਾ ਪਤਾ ਫਿਰ ਜਿਹੜਾ ਚੱਲੇਗਾ ਇੰਝ ਕਰ, ਥੋੜ੍ਹਾ ਜਿਹਾ ਉੱਚਾ ਕਰ ਮੰਮਾ ਸੈਨ ਇੱਥੇ ਇੱਥੇ, ਚੱਲ ਹੁਣ ਸਹੀ ਵੱਡਾ ਹੋ ਸੀ ਸ਼ਾਇਦ ਵਾਲੀ ਗੱਲ ਆ, ਕਿਉਂਕਿ ਅਲੱਗ ਅਲੱਗ ਜਿਹੜਾ ਕੱਟੇ ਹੋਏ ਇਹਦੇ ਲਈ, ਸਾਈਡ ਮੇਚ ਲਈ ਇੱਥੇ ਜਿਹੜਾ ਕੇਲਾ, ਮੈਂ ਚੱਕ ਦੇਵਾਂ ਦੇ ਦੇਵਾਂ, ਕਿੱਥੇ ਪਏ ਨੇ ਨਕਲੇ ਵਾਲੀ ਸਾਈਡ 'ਤੇ ਅੰਧੇਰਾ, ਸੰਭਾਲ ਕੇ ਮੰਮਾ ਸੈਨ ਹੱਥ 'ਤੇ ਨਾ ਮਾਰ ਪਵੀ, ਕਿਉਂਕਿ ਮੈਨੂੰ ਬੜਾ ਡਰ ਲੱਗਦਾ ਮੰਮਾ ਸੈਨ ਲਾ ਲਵੇ, ਕਿਉਂਕਿ ਅੰਦਰ ਤਾਂ ਬਿਲਕੁਲ ਜਿਹੜਾ ਅੰਧੇਰਾ, ਨਾਲੇ ਆਭਾਸੀ ਜਿਹੜਾ ਜਲਦੀ ਜਲਦੀ ਨਾ ਲਾ ਲਾ,
ਕਿਉਂਕਿ ਮੈਂ ਆਖਿਆ ਫਿਰ ਜਿਹੜਾ ਸੁਬਹਾ ਦੇ ਟਾਈਮ ਜਿਹੜਾ ਰੋਟੀ ਰੋਟੀ ਬਣਾਉਂਦਿਆਂ ਸਾਨੂੰ ਨਾਸ਼ਤਾ ਬਣਾਉਂਦਿਆਂ ਕਰਦਿਆਂ ਜਿਹੜਾ ਅਤੇ ਘਰ ਦੇ ਕੰਮ ਸੁਬਹਾ ਹੀ ਫਿਰ ਜਿਹੜਾ ਝਾੜੂ ਵਗੈਰਾ ਲਾਉਂਦਿਆਂ ਲਾਉਂਦਿਆਂ ਜਿਹੜਾ ਕਾਫੀ ਟਾਈਮ ਹੋ ਜਾਣਾ ਅਤੇ ਮੈਂ ਆਖਿਆ ਰਾਤ ਨੂੰ ਹਵਾ ਚੱਲ ਸਕਦੀ ਆ ਤਾਂ ਦੀ ਪਾਰੋ ਮੈਂ ਆਖਿਆ ਹੁਣ ਜਿਹੜਾ ਮੁਕੰਮਲ ਫਾਈਨਲੀ ਇਹ ਜਿਹਾ ਆ ਕੰਮ ਜਿਹੜਾ ਅੱਜ ਕਰ ਲੈਂਦੇ ਹਾਂ ਇਹਦੇ ਨੂੰ ਮੰਮਾ ਸਾਨੂੰ ਥੋੜ੍ਹਾ ਖਿੱਚ ਕੇ ਰੱਖੀ ਇੱਥੇ ਜ਼ਿਆਦਾ ਹੀ ਨਾ ਖਿੱਚ ਇੱਧਰੋਂ ਫਿਰ ਜਿਹਾ ਇੱਥੇ ਹਾਂ ਬਿਲਕੁਲ ਸਹੀ ਆ ਗਿਆ ਮੁਕੰਮਲ ਬਿਲਕੁਲ ਦੋਵਾਂ ਸਾਈਡਾਂ ਨੂੰ ਤੁਸੀਂ ਜਿਹੜਾ ਚੈੱਕ ਕਰ ਸਕਦੇ ਹੋ ਕਿੰਨਾ ਮਾਸ਼ਾਅੱਲਾ ਮਾਸ਼ਾਅੱਲਾ ਜਿਹੜਾ ਪਿਆਰਾ ਲੱਗ ਰਿਹਾ ਹੈ ਹਾਂ ਇੱਥੇ ਹੁਣ ਨਵੀਂ ਚਕੋਰੀਆਂ ਫਿਰ ਆ ਗਈਆਂ ਨੇ ਤੇ ਬੋਲ ਵੀ ਰਹੀਆਂ ਨਾ ਉਹ ਸਾਹਮਣੇ ਹਾਂ ਸਾਹਮਣੇ ਜੀ ਰੋਸ਼ਨੀ ਜਿਹੜਾ ਚੱਕ ਦੇ ਤੰਦੂਰ ਜਿਹੜਾ ਨਾਲ ਹੀ ਕਿਉਂਕਿ ਤੰਦੂਰ ਚੱਕ ਜਦੋਂ ਬਲੇ ਨਾ ਤੇ ਸਾਹਮਣੇ ਜਿਹੜੀ ਨਜ਼ਰ ਆਉਂਦੀ ਤੇ ਬਾਕੀ ਬਹੁਤ ਜ਼ਿਆਦਾ ਦਿਲ ਖੁਸ਼ ਹੋ ਗਿਆ ਕਿਉਂਕਿ ਜਿਹੜਾ ਸਿੱਟਾ ਨੇ ਮਸ਼ਵਰਾ ਦਿੱਤਾ ਸੀ ਨਾ ਮੁਕੰਮਲ ਪਰਦੇ ਜਿਹੜੇ ਬਿਲਕੁਲ ਨਿਊ ਬਣ ਗਏ ਨੇ ਅੱਗੇ ਲਾਇਆ ਉਂਝ ਤਾਂ ਵੈਸੇ ਜਿਹੜਾ ਠੀਕ ਆਣ ਪਰਦੇ ਲੇਕਿਨ ਜਿਹੜਾ ਥੱਲੇ ਨਹੀਂ ਤੁਹਾਨੂੰ ਇੱਥੋਂ ਹੀ ਨਜ਼ਰ ਆ ਰਿਹਾ ਹੋਵੇਗਾ ਇੱਥੋਂ ਜਿਹੜਾ ਕਿੰਨੀ ਉੱਚਾਈ ਤੇ ਹਾਂਜੀ ਇੱਥੇ ਹੁਣ ਬਿਲਕੁਲ ਜਿਹੜਾ ਥੱਲੇ ਵਾਲੀ ਸਾਈਡ ਤੇ ਕਪੜਾ ਆ ਗਿਆ ਹੁਣ ਗੱਟਾ ਮਿੱਟੀ ਜਿਹੜਾ ਅੰਦਰ ਠੀਕ ਹੋ ਗਿਆ ਵਾਇਰਿੰਗ ਕਰਾਉਣ ਦੀ ਲੋੜ ਹੀ ਨੀ ਪੈਣੀ ਉਹ ਸਾਹਮਣੇ ਜੇ ਬੋਰਡ ਲੱਗਾ ਹੋਇਆ ਨਾ ਉਹਦੇ ਵਿੱਚ ਸੋਚ ਲਾ ਲਵਾਂਗੇ ਰਾਤ ਨੂੰ ਆਪਾਂ ਸਾਲਨ ਵਗੈਰਾ ਹੀ ਸੇਕਣਾ ਪੈ ਜਾਂਦਾ ਗਰਮ ਕਰਨਾ ਪੈ ਜਾਂਦਾ ਕਿਹੜਾ ਕੰਮ ਵੀ ਕਰੀਵੇ ਪੁੱਤ ਹਰ ਚੀਜ਼ ਦੀ ਸਮੂਹ ਨੂੰ ਜਿਹੜਾ ਜ਼ਰੂਰਤ ਪਹਿਲੇ ਹੀ ਸਹੀ ਕਲੀਅਰ ਨਜ਼ਰ ਨਹੀਂ ਆ ਰਿਹਾ ਸੀ ਹੁਣ ਜਿਹਨਾਂ ਮੋਬਾਈਲ ਦੀ ਲਾਈਟ ਔਨ ਕੀਤੀ ਤਾਂ ਜਿਹਨਾਂ ਠੀਕ ਨਜ਼ਰ ਆ ਰਿਹਾ ਹਾਂ ਇਸ ਤਰ੍ਹਾਂ ਹੈ ਜਿਹਨਾਂ ਸਾਡਾ ਕੁਝ ਜਿਹਨਾਂ ਦੇਸੀ ਕਿਚਨ ਬੜਾ ਪਿਆਰਾ ਮੰਮਾ ਸੈਨ ਬਣ ਗਿਆ ਮਾਸ਼ਾਅੱਲਾ ਬਾਕੀ ਆਟਾ ਜਿਹਨਾਂ ਗੁੰਨਿਆ ਪਿਆ ਤੇ ਰੂਜ ਫਾਤਮਨ ਜਿਹਨਾਂ ਦੋ ਤਿੰਨ ਮਿਰਚਾਂ ਜਿਹਨਾਂ ਉਹ ਵਾਲੀ ਚੀਜ਼ ਨਾਲ ਕਹਿ ਰਹੇ ਜਿਹਨਾਂ ਕੀ ਕਰਾਂ ਸਮਨ ਬਾਜੀ ਕਹਿ ਰਹੀ ਹੈ ਉਹਨੇ ਜਿੰਨੀਆਂ ਪਰਦਿਆਂ ਦਾ ਮਸ਼ਵਰਾ ਉਹ ਕਹਿ ਰਹੀ ਹੈ ਮਿਰਚਾਂ ਜਿਹਨ ਨਹੀਂ ਦੇਣੀਆਂ ਉਹਨਾਂ ਨੇ ਪਹਿਲੇ ਚੀਰ ਕੇ ਜਿਹਨਾਂ ਰੱਖ ਦਿੱਤੀਆਂ ਮੈਣ ਦੇ ਚੱਲੀਆਂ ਜਿਹਨੇ ਸਰ ਚਲੋ ਇੱਕ ਦੋ ਜਿਹਨਾਂ ਵੇ ਜਿਹਨੇ ਪਾ ਲਈ ਸਾਂ ਕੁਝ ਦੋ ਤਿੰਨ ਦਿਨ ਵਿੱਚ ਪਿਆਜ਼ ਪਾ ਕੇ ਨਾ ਤੇ ਉਹ ਅੱਜ ਇਹਨੇ ਸਬਜ਼ੀਆਂ ਬਾਈ ਆਇਆ ਕੋਈ ਤੇ ਅੱਜ ਜਿਹਨਾਂ ਸ਼ਹਿਰ ਜਾਣਾ ਸ਼ਹਿਰ ਜਿਹਨਾਂ ਜਾਣ ਨਹੀਂ ਹੋਇਆ ਇਸ ਵਜ੍ਹਾ ਨਹੀਂ ਹੋਇਆ ਕਿਉਂਕਿ ਜਿਹਨਾਂ ਸਾਰਾ ਬਹਿਣਾ ਪੀਣ ਪਤਾ ਹੀ ਹੈਗਾ ਸੁਬਹ ਵਾਲੀ ਲਾ ਕੇ ਦੁਪਹਿਰ ਤੀਕਰ ਦੇਣਾ ਸਾਫ਼ ਸਫਾਈਆਂ ਚੱਲਦੀਆਂ ਨੇ ਫਿਰ ਜਿਹਨਾਂ ਦੁੱਖ ਇੰਨੀ ਖਾਈ ਆ ਕੇ ਮੈਂ ਥੱਕਦੀ ਅਰੂਜ ਫਾਤਮਾ ਵਿਚਾਰੀ ਸਵੇਰਾ ਸਾਰੇ ਸਮੁੰਦ ਸਾਰੇ ਜਿਹੜੇ ਫੈਮਿਲੀ ਲੱਗੇ ਆ ਇੰਨਾ ਸਮੁੰਦ ਸਾਫ਼ ਸੁਥਰਾ ਜਿਹਨਾਂ ਰੰਗ ਵੀ ਜਿਹਨਾ ਹੁਣ ਥੋੜ੍ਹਾ ਥੋੜ੍ਹਾ ਜਿਹਨਾ ਖਰਾਬ ਹੋ ਰਿਹਾ ਖਰਾਬ ਨਿਕਲਿਆ ਕਲਰ ਆਪਾਂ ਤਾਂ ਆਉਂਦੇ ਸੀ ਵੀ ਸਸਤਾ ਹੈਗਾ ਤਾਂ ਇੰਨਾ ਅੱਛਾ ਹੈਗਾ ਜਦੋਂ ਸਮੁੰਦ ਫੇਰਿਆ ਨਾ ਉਦੋਂ ਤਾਂ ਕਾਫ਼ੀ ਪਿਆਰਾ ਚਲੋ ਫਿਰ ਵੀ ਅੰਮੀ ਬਾਰਿਸ਼ ਨੇ ਖਰਾਬ ਤਾਂ ਹੋਣਾ ਹੀ ਸੀ ਪਰਦੇ ਦਾਨ ਕਿਸ ਤਰ੍ਹਾਂ ਲੱਗੇ ਨੇ ਕਿਚਨ ਦੀ ਸਮੇਂ ਨੂੰ ਸਾਫ਼ ਸਫਾਈ ਕੀਤੀ ਆ ਥੱਲੋਂ ਹਾਂਜੀ ਦੁਲਾਈ ਕੀਤੇ ਨੇ ਉਹ ਵਾਲੇ ਤੁਸੀਂ ਦੱਸਣੇ ਹੈਗੇ ਨੇ ਅਤੇ ਇਹ ਵਾਲੇ ਵਿਲਾਕ ਕਰਨੀ ਇੱਥੇ ਖਤਮ ਆਦੇ ਪਿੰਡ ਵਿੱਚ ਲੈਣੀ ਜਾਜ਼ਾ ਢੇਰ ਸਾਰੀਆਂ ਦੁਆਵਾਂ 'ਚ ਆਪਣਾ ਖਿਆਲ ਰੱਖਿਆ ਅੱਜ ਸਿੱਟਾਂ ਨੂੰ ਯਾਦ ਰੱਖਣਾ ਅੱਲਾ ਹਾਫਿਜ਼ ਅੱਲਾ ਨਿਗੇ ਬਾ